पटवारी दीदार सिंह शुक्र की गिरफ्तारी का मामला पता जा रहा है। इस मामले को लेकर जिथे समुचे पटवारी वालों समूह सामना करना पड़ रहा है। अज पटवारी दीदार सिंह का परिवार कोटला विखे प्रेस कॉन्फ्रेंस राही पत्रकारों के रूबरू होया। उन्होंने सारे कसम झूठ का पलंदा दसदा यह सारे साजिश का फांडा पंजाब की आप सरकार से बनिया। इस लिए उन्होंने मीडिया नेवी के गया 1996 चो लैके 2004 तक साढ़े को 15 रजिस्ट्रियां साढ़े परिवार ने पहला कराइया। असी लगभग उदों भी 300 बिघे की खेती करते सी, अज भी 300 बिघे की खेती करते हैं। साडा सांझा परिवार आ, एक मेरा चाचा जी पुलिस दे विचों रिटायर होए ने, एक चाचा जी बैंक दे विच ने, छोटा ब्रदर साडा कनेडा चलिया गया ते एक साडा ब्रदर अजे जॉब कर रहा। मैं सरपंच 2012 च बनने तो बाद अपनी जॉब छड्डती सीगी। ਇਹ ਜਿਹੜਾ ਵਾਇਰਲ ਕਰ ਰਹੇ ਨੇ 1,77,00,000 ਦੀਆਂ ਰਜਿਸਟਰੀਆਂ, ਉਹ ਅਸੀਂ ਕੀ ਕੰਮ ਕਰਕੇ ਅਸੀਂ ਰਜਿਸਟਰੀਆਂ ਨਹੀਂ ਲੈ ਸਕਦੇ। ਇੱਕ ਪਟਵਾਰੀ ਨੂੰ ਬਦਨਾਮ ਕਰਨ ਦੇ ਨੀਤੀ ਦੇ ਨਾਲ DSP ਵਿਜੀਲੈਂਸ ਬਿਨਾਂ ਕਿਸੇ ਇਨਕੁਆਇਰੀ ਕੀਤੇ ਤੇ ਬਿਨਾਂ ਕਿਸੇ ਪੜਤਾਲ ਕੀਤੇ ਤੇ ਵੀ ਇਹ ਰਜਿਸਟਰੀਆਂ ਕਿਹਦੇ ਨਾਂ ਨੇ, ਕੀ ਹੈ ਇਹਦੇ ਵਿੱਚ ਰੋਲ ਆ ਕੀ ਨਹੀਂ ਆ, ਉਹਦਾ ਅਸੀਂ ਸਾਨੂੰ ਬੜਾ ਅਫਸੋਸ ਲੱਗਿਆ ਕਿ ਸਾਡੇ ਬ੍ਰਦਰ ਦੀ ਔਰ ਸਾਡੇ ਪਰਿਵਾਰ ਦੀ ਸਾਖ ਨੂੰ ਬਹੁਤ ਧੱਬਾ ਲੱਗਿਆ ਜਿਹਦਾ ਕਿ ਅਸੀਂ ਇਹ ਸਦਮੇ ਦੇ ਵਿੱਚੋਂ ਨਹੀਂ ਉੱਠ ਸਕੇ। ਇਹ ਸਾਰਾ ਕੁਝ ਕੀਤਾ ਗਿਆ ਰਾਜਨੀਤਿਕ ਰੰਜਸ ਦੇ ਬਦਲੇ। ਜਿਹੜੀ ਇਹ ਕੀਤੀ ਜਾ ਰਹੀ ਹੈ ਨੇ ਜਿਹੜੀਆਂ ਰਜਿਸਟਰੀਆਂ ਨੇ, ਕਿ ਉਹ ਉਹਦੇ ਆਪਦੇ ਨਾਮ ਤੇ ਨੇ, ਦੀਦਾਰ ਸਿੰਘ ਦੇ ਨਾਮ ਤੇ ਨੇ ਜਾਂ ਦੀਦਾਰ ਸਿੰਘ ਦੇ ਨਾਮ ਤੇ ਕੋਈ ਰਜਿਸਟਰੀਆਂ ਨਹੀਂ ਜੀ। ਸਾਡੇ ਸਾਂਝੀ ਖੇਤੀ ਹੋਣ ਦੇ ਨਾਲ ਸਾਡੇ ਪਰਿਵਾਰਕ ਮੈਂਬਰਾਂ ਦੇ, ਮਾਤਾ ਦੇ ਹੋ ਗਏ, ਸਾਡੇ ਚਾਚਾ ਜੀ ਉਹਨਾਂ ਦੇ, ਸਾਡੇ ਮਾਸੀ ਦੇ, ਸਾਡੇ ਕਜ਼ਨ ਬ੍ਰਦਰਾਂ ਦੇ, ਉਹ ਕੀਤੀਆਂ ਵੀ ਰਜਿਸਟਰੀਆਂ ਨੇ ਵੰਡ ਕੇ। ਅਸੀਂ ਪਹਿਲਾਂ ਵੀ ਜਿਹੜੀ ਜ਼ਮੀਨ ਆ ਉਹ ਇਕੁਅਲੀ 5 ਹਿੱਸਿਆਂ ਦੇ ਵਿੱਚ ਡਿਵਾਈਡ ਕਰਦੇ ਹਾਂ। ਹੁਣ ਵੀ ਉਹਦੇ ਤਹਿਤ ਹੀ ਜਿੰਨਾ ਕੁ ਹੱਕ ਦੀਦਾਰ ਸਿੰਘ ਦਾ ਬਣਦਾ, ਜੋ ਉਹਨੂੰ ਦੇਣਾ ਬਣਦਾ ਸਾਡੀ ਆਮਦਨ ਦੇ ਵਿੱਚੋਂ, ਉਹ ਅਸੀਂ ਦੀਦਾਰ ਸਿੰਘ ਦੇ ਪਰਿਵਾਰ ਦੇ ਨਾਂ ਕਰਾਉਂਦੇ ਹਾਂ। ਇਹ ਹੈ ਵੀ ਜਿਹੜੀਆਂ ਇਹ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਨੇ, ਇਹ ਕਾਨੂੰਨ ਮੁਤਾਬਕ ਜੋ ਵੀ ਕਾਨੂੰਨ ਮੁਤਾਬਕ ਹੈਗਾ ਉਹਦੇ ਮੁਤਾਬਕ ਅਸੀਂ ਚੱਲਣ ਨੂੰ ਤਿਆਰ ਹਾਂ। ਲੇਕਿਨ ਜਿਹੜੇ ਝੂਠੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਪਾਈ ਜਾਂਦੀਆਂ ਨੇ, ਅਸੀਂ ਉਹਨਾਂ ਦੀਆਂ ਸਾਰੀਆਂ ਕਲਿੱਪਾਂ ਲੈ ਕੇ ਉਹਨਾਂ ਦੇ ਉੱਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਉਹਨਾਂ ਦੇ ਬਰਖਿਲਾਫ਼, ਕਿਉਂਕਿ ਇਹ ਪਰਿਵਾਰ ਨੂੰ ਔਰ ਦੀਦਾਰ ਸਿੰਘ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੇ। ਇਹਦੇ ਵਿੱਚ ਵੱਡੀਆਂ ਗੱਲਾਂ ਇਹ ਨੇ, ਅਸੀਂ ਖੇਤੀ ਕਰਦੇ ਹਾਂ, ਖੇਤੀ ਕਰਨੇ ਜੁਆਇੰਟ ਸਾਡੀ ਫੈਮਿਲੀ ਹੈ, ਅਜੇ ਵੀ ਅਸੀਂ ਤਿੰਨੇ ਭਰਾਵਾਂ ਦਾ ਸਾਰਾ ਪਰਿਵਾਰ ਇਕੱਠਿਆਂ। ਅਤੇ ਜਿਵੇਂ ਹੁਣ ਰਜਿਸਟਰੀਆਂ ਨੇ ਉਹਦੇ ਵਿੱਚ ਮੇਰੇ ਮਾਸੀ ਦਾ ਲੜਕਾ ਅਤੇ ਮੇਰੇ ਸਕੇ ਚਾਚੇ ਦਾ ਲੜਕਾ ਸ਼ੇਰ ਸਿੰਘ ਹੈ, ਉਹਦੇ ਨਾਂ ਦੀਆਂ ਵੀ ਰਜਿਸਟਰੀਆਂ ਨੂੰ ਵਿੱਚ ਕਾਊਂਟ ਕਰ ਲਿਆ। ਦੇਖੋ ਜੀ, ਇਸ ਪਰਿਵਾਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਪੋਰਟ ਕੀਤੀ ਹੈ, ਤਾਂ ਪਾਰਟੀ ਇਸ ਗੱਲ ਦੀ ਕਦਰ ਕਰਦੀ ਹੈ। ਅਸੀਂ ਚਾਹੇ ਅਮਰਗੜ੍ਹ ਹਲਕੇ ਤੋਂ ਚੋਣ ਲੜੀ ਆ, ਅਸੀਂ ਤਾਂ ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ ਹਾਂ ਜੀ। ਕਿਸੇ 'ਤੇ ਵੀ ਦਮਨਕਾਰੀ ਚੱਕਰ ਚੱਲਦਾ ਤਾਂ ਪਾਰਟੀ ਉਹਨੂੰ ਨਹੀਂ ਬਰਦਾਸ਼ਤ ਕਰਦੀ। ਠੀਕ ਹੈ ਜੀ, ਜਿਹੜੀਆਂ ਰਜਿਸਟਰੀਆਂ ਦੀ ਤੁਸੀਂ ਗੱਲ ਕੀਤੀ ਆ, ਪਰਿਵਾਰ ਨੇ ਦਿਖਾਤੀਆਂ, ਜਿਹੜੀ ਜੋ ਕਿ ਇੱਕ ਰਜਿਸਟਰੀ ਵੀ ਦੀਦਾਰ ਸਿੰਘ ਦੇ ਨਾਂ 'ਤੇ ਨਹੀਂ ਹੈਗੀ, ਪਰ ਸੋਸ਼ਲ ਮੀਡੀਆ 'ਤੇ 33-33 ਕਹਿ ਕੇ ਪੰਜਾਬ ਦੇ ਲੋਕਾਂ ਦੇ ਦਿਮਾਗ 'ਚ ਹੀ ਕੁਛ ਹੋਰ ਪਾਇਆ ਜਾ ਰਿਹਾ ਵੀ ਜਿਵੇਂ ਸਾਰੀ ਕਰਪਸ਼ਨ ਹੀ ਵੀ ਦੀਦਾਰ ਸਿੰਘ ਨੇ ਕੀਤੀ ਹੋਵੇ। ਇਹ ਤਾਂ ਜੀ ਪਰਿਵਾਰ ਦੇ ਬਹੁਤ ਬੇਇੱਜ਼ਤੀ ਵਾਲੀ ਗੱਲ ਹੈ। ਸੋ ਪਾਰਟੀ ਪਰਿਵਾਰ ਦੇ ਨਾਲ ਵੀ ਖੜੀ ਹੈ, ਪਰ ਪਾਰਟੀ ਸਰਕਾਰ ਨੂੰ ਅਤੇ ਆਮ ਪਾਰਟੀ ਨੂੰ ਇਹ ਜ਼ਰੂਰ ਸੁਝਾਅ ਦੇਣਾ ਚਾਹੁੰਦੀ ਹੈ ਕਿ ਇਹ ਦਮਨਕਾਰੀ ਨੀਤੀ ਆ ਜਿਹੜੀ, ਇਹਦੇ ਰਿਜ਼ਲਟ ਬਹੁਤ ਮਾੜੇ ਹੁੰਦੇ ਨੇ। ਲੋਕ ਅਮਨ ਚੈਨ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੁੰਦੇ ਨੇ, ਇਹਦੇ ਨਾਲ ਕ੍ਰਾਈਮ ਦੇ ਵਿੱਚ ਵਾਧਾ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ, ਕਿਉਂਕਿ ਸਰਕਾਰ ਬੜੀ, ਦੇਖੋ ਕਿੰਨੀਆਂ ਘਟਨਾਵਾਂ ਪੰਜਾਬ 'ਚ ਹੋ ਰਹੀਆਂ ਨੇ, ਉਹਨਾਂ ਨੂੰ ਕੰਟਰੋਲ ਕਰਨਾ ਸਰਕਾਰ ਦਾ ਫਰਜ਼ ਬਣਦਾ। ਸਰਕਾਰ ਦੇ ਚਾਹੇ ਨੁਮਾਇੰਦੇ ਨੇ, ਮੌਜੂਦਾ ਵਿਧਾਇਕ ਨੇ, ਤੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਨੀਤੀ ਨੂੰ ਨਹੀਂ ਅਪਣਾਉਣਾ ਚਾਹੀਦਾ। ਬਲਜਿੰਦਰ ਸਿੰਘ ਮੇਰਾ ਨਵਾਂ ਜੀ, ਪਿੰਡ ਸਲਾਰ ਹੈ, ਮੌਜੂਦਾ ਪੰਚਮ ਹੈ, ਅਤੇ ਜਿਹੜੀ ਪਟਵਾਰੀ ਸਾਹਿਬ 'ਤੇ ਕਾਰਵਾਈ ਕੀਤੀ ਗਈ ਉਹ ਸਰਾਸਰ ਗਲਤ ਹੈ। ਅਤੇ ਉਹ ਦੇਖੋ ਜਿਹੜਾ ਉਹ ਇੰਤਕਾਲ ਦਰਜ ਕਰਵਾਇਆ ਅਤੇ ਵਸੀਅਤ ਦਾ ਸਰਟੀਫਿਕੇਟ ਦਿੱਤਾ ਮੈਂ ਨਾਲ, ਸਾਰਾ ਕੁਛ ਮੇਰੇ ਵੱਲੋਂ ਘੋਸ਼ਣਾ ਪੱਤਰ ਵੀ ਲੱਗਿਆ ਹੋਇਆ। ਮੈਂ ਉਹ ਦਸੰਬਰ ਮਹੀਨੇ 'ਚ ਪਟਵਾਰੀ ਸਾਹਿਬ ਨੂੰ ਦੇ ਕੇ ਗਿਆ ਸੀ ਅਤੇ ਜਨਵਰੀ 'ਚ ਉਹਨਾਂ ਨੇ ਮੈਨੂੰ ਪ੍ਰਿੰਟ ਆਊਟ ਕਢਵਾ ਕੇ ਮੈਂ ਕਢਵਾ ਕੇ ਦਿੱਤਾ ਪਟਵਾਰੀ ਸਾਹਿਬ ਨੂੰ। ਉਹਨਾਂ ਨੇ ਕੋਈ ਰਿਸ਼ਵਤ ਨਹੀਂ ਮੰਗੀ, ਕੋਈ ਮੇਰੇ ਭਰਾ ਦਾ ਲੈਣ ਦੇਣ ਨਹੀਂ, ਉਹ ਸਿਆਸੀ ਰੰਜਸ ਹੈ ਉਹਨਾਂ ਨੂੰ ਉਹ ਕੋਈ ਕੀਤਾ, ਪਤਾ ਨਹੀਂ ਕਿਹੜੀ ਗੱਲ 'ਤੇ ਉੱਤੇ ਦਬਾਅ ਪਾਇਆ ਜਾ ਰਿਹਾ, ਪਤਾ ਨਹੀਂ ਕਿਉਂ ਮਨਾਇਆ ਜਾ ਰਿਹਾ, ਉਹਨੂੰ ਕੀ ਗੱਲਬਾਤ ਹੈ। ਇਹਦੇ ਇਹ ਚਾਹੇ ਸਿਆਸੀ ਰੰਜਸ ਮੰਨ ਲਓ, ਚਾਹੇ ਉਹ ਕੋਈ ਬਲੈਕਮੇਲ ਕਰਨ ਵਾਲੀ ਗੱਲ ਮੰਨ ਲਓ, ਇਹਦੇ ਵਿੱਚ
ਸਾਲਾਂ ਦਾ ਸਾਰਾ ਪਰਿਵਾਰ ਕੱਟਿਆ ਤੇ ਜਿਵੇਂ ਹੁਣ ਰਜਿਸਟਰੀਆਂ ਨੇ ਉਹਦੇ ਵਿੱਚ ਮੇਰੇ ਮਾਸੀ ਦਾ ਲੜਕਾ ਤੇ ਮੇਰੇ ਸਕੇ ਚਾਚੇ ਦਾ ਲੜਕਾ ਸ਼ੇਰ ਸਿੰਘ ਹੈ ਉਹਦੇ ਨਾਂ ਦੀਆਂ ਵੀ ਰਜਿਸਟਰੀਆਂ ਨੂੰ ਵਿੱਚ ਕਾਊਂਟ ਕਰ ਲਿਆ। ਦੇਖੋ ਜੀ, ਇਸ ਪਰਿਵਾਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਪੋਰਟ ਕੀਤੀ ਹੈ ਤਾਂ ਪਾਰਟੀ ਇਸ ਗੱਲ ਦੀ ਕਦਰ ਕਰਦੀ ਹੈ। ਅਸੀਂ ਚਾਹੇ ਅਮਰਗੜ੍ਹ ਹਲਕੇ ਤੋਂ ਚੋਣ ਲੜੀ, ਅਸੀਂ ਤਾਂ ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ ਹਾਂ ਜੀ। ਕਿਸੇ 'ਤੇ ਵੀ ਦਮਨਕਾਰੀ ਚੱਕਰ ਚੱਲਦਾ ਤਾਂ ਪਾਰਟੀ ਉਹਨੂੰ ਨਹੀਂ ਬਰਦਾਸ਼ਤ ਕਰਦੀ। ਠੀਕ ਹੈ ਜੀ, ਜਿਹੜੀਆਂ ਰਜਿਸਟਰੀਆਂ ਦੀ ਤੁਸੀਂ ਗੱਲ ਕੀਤੀ ਹੈ ਪਰਿਵਾਰ ਨੇ ਦਿਖਾਤੀਆਂ, ਜੋ ਕਿ ਇੱਕ ਰਜਿਸਟਰੀ ਵੀ ਦਰਦਾਰ ਸਿੰਘ ਦੇ ਨਾਂ 'ਤੇ ਨਹੀਂ ਹੈਗੀ, ਪਰ ਸੋਸ਼ਲ ਮੀਡੀਆ 'ਤੇ 33-33 ਕਹਿ ਕੇ ਪੰਜਾਬ ਦੇ ਲੋਕਾਂ ਦੇ ਦਿਮਾਗ 'ਚ ਹੀ ਕੁਛ ਹੋਰ ਪਾਇਆ ਜਾ ਰਿਹਾ ਵੀ ਜਿਵੇਂ ਸਾਰੀ ਕਰਪਸ਼ਨ ਹੀ ਵੀ ਦਰਦਾਰ ਸਿੰਘ ਨੇ ਕੀਤੀ ਹੋਵੇ। ਇਹ ਤਾਂ ਜੀ ਪਰਿਵਾਰ ਦੀ ਬਹੁਤ ਬੇਇੱਜ਼ਤੀ ਵਾਲੀ ਗੱਲ ਹੈ। ਸੋ ਪਾਰਟੀ ਪਰਿਵਾਰ ਦੇ ਨਾਲ ਵੀ ਖੜੀ ਹੈ, ਪਰ ਪਾਰਟੀ ਸਰਕਾਰ ਨੂੰ ਅਤੇ ਆਮ ਪਾਰਟੀ ਨੂੰ ਇਹ ਜ਼ਰੂਰ ਸੁਝਾਅ ਦੇਣਾ ਚਾਹੁੰਦੀ ਹੈ ਕਿ ਇਹ ਦਮਨਕਾਰੀ ਨੀਤੀ ਹੈ ਜਿਹੜੀ, ਇਹਦੇ ਰਿਜ਼ਲਟ ਬਹੁਤ ਮਾੜੇ ਹੁੰਦੇ ਨੇ। ਲੋਕ ਅਮਨ ਚੈਨ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੁੰਦੇ ਨੇ, ਇਹਦੇ ਨਾਲ ਕ੍ਰਾਈਮ ਦੇ ਵਿੱਚ ਵਾਧਾ ਹੋਣ ਦਾ ਖਦਸਾ ਵੱਧ ਜਾਂਦਾ, ਕਿਉਂਕਿ ਸਰਕਾਰ ਬੜੀ, ਦੇਖੋ ਕਿੰਨੀਆਂ ਘਟਨਾਵਾਂ ਪੰਜਾਬ 'ਚ ਹੋ ਰਹੀਆਂ ਨੇ, ਉਹਨਾਂ ਨੂੰ ਕੰਟਰੋਲ ਕਰਨਾ ਸਰਕਾਰ ਦਾ ਫਰਜ਼ ਬਣਦਾ। ਸਰਕਾਰ ਦੇ ਚਾਹੇ ਨੁਮਾਇੰਦੇ ਨੇ, ਮੌਜੂਦਾ ਵਿਧਾਇਕ ਨੇ, ਤੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਨੀਤੀ ਨੂੰ ਨਹੀਂ ਅਪਣਾਉਣਾ ਚਾਹੀਦਾ। ਬਲਜਿੰਦਰ ਸਿੰਘ ਬਰਾਨਾ ਜੀ, ਪਿੰਡ ਸਲਾਰ ਹੈ, ਮੌਜੂਦਾ ਪੰਚਮ ਹੈ, ਅਤੇ ਜਿਹੜੀ ਪਟਵਾਰੀ ਸਾਹਿਬ 'ਤੇ ਕਾਰਵਾਈ ਕੀਤੀ ਗਈ ਉਹ ਸਰਾਸਰ ਗਲਤ ਹੈ। ਅਤੇ ਉਹ ਦੇਖੋ ਜਿਹੜਾ ਉਹ ਇੰਤਕਾਲ ਦਰਜ ਕਰਵਾਇਆ ਅਤੇ ਵਸੀਅਤ ਦਾ ਸਰਟੀਫਿਕੇਟ ਦਿੱਤਾ ਮੈਂ ਨਾਲ, ਸਾਰਾ ਕੁਛ ਮੇਰੇ ਵੱਲੋਂ ਘੋਸ਼ਣਾ ਪੱਤਰ ਵੀ ਲੱਗਿਆ ਹੋਇਆ, ਮੈਂ ਉਹ ਦਸੰਬਰ ਮਹੀਨੇ 'ਚ ਪਟਵਾਰੀ ਸਾਹਿਬ ਨੂੰ ਦੇ ਕੇ ਗਿਆ ਸੀ, ਅਤੇ ਜਨਵਰੀ 'ਚ ਉਹਨਾਂ ਨੇ ਮੈਨੂੰ ਪ੍ਰਿੰਟ ਆਊਟ ਕਢਵਾ ਕੇ ਮੈਂ ਕਢਵਾ ਕੇ ਦਿੱਤਾ ਪਟਵਾਰੀ ਸਾਹਿਬ ਨੂੰ। ਉਹਨਾਂ ਨੇ ਕੋਈ ਰਿਸ਼ਵਤ ਨਹੀਂ ਮੰਗੀ, ਕੋਈ ਮੇਰੇ ਭਰਾ ਦਾ ਲੈਣ ਦੇਣ ਨਹੀਂ, ਉਹ ਸਿਆਸੀ ਰੰਜਸ ਹੈ, ਉਹਨਾਂ ਨੂੰ ਉਹ ਕੋਈ ਕੀਤਾ, ਪਤਾ ਨਹੀਂ ਕਿਹੜੀ ਗੱਲ 'ਤੇ ਉਹ 'ਤੇ ਦਬਾਅ ਪਾਇਆ ਜਾ ਰਿਹਾ, ਪਤਾ ਨਹੀਂ ਕਿਉਂ ਮਨਾਇਆ ਜਾ ਰਿਹਾ, ਉਹਨੂੰ ਕੀ ਗੱਲਬਾਤ ਹੈ। ਇਹਦੇ ਇਹ ਚਾਹੇ ਸਿਆਸੀ ਰੰਜਸ ਮੰਨ ਲਓ, ਚਾਹੇ ਉਹ ਬਲੈਕਮੇਲ ਕਰਨ ਵਾਲੀ ਗੱਲ ਮੰਨ ਲਓ, ਇਹਦੇ ਵਿੱਚ